हाँ जी, सत श्री अकाल जी सारिआं नूं। वेलकम आ तुहाडा साडे चैनल हैप्पी पंजाबी गाइड दे विच। अज आपां बनाउण लगे हां साबूदाने दी खिचड़ी। उहदे लई आपां नूं चाहीदा साबूदाना, इह आपां 2 कप लैणे आ, 1 चमचा जीरा ई, 1/4 चमचा राई, 1 आलू उबलिया होया, धनिया, प्याज ते इधर लाल मिर्च जी। हुण आपां साबूदाने नूं पहलां इह च पा के वाश करदे हां चंगी तरह। ਆਪਾਂ ਇਹ 2 ਕਲੀਆਂ ਲਈਆਂ, ਇਹਨੂੰ ਆਪਾਂ ਵਾਸ਼ ਕਰਨਾ ਚੰਗੀ ਤਰ੍ਹਾਂ ਪਹਿਲਾਂ। ਬਹੁਤ ਟੇਸਟੀ ਬਣਦੀ ਹੈ ਇਹ ਵੀ ਸਾਬੂਦਾਣੇ ਦੀ ਖਿਚੜੀ। ਹਾਂਜੀ, ਆਪਾਂ 2 ਬਾਊਲ ਲੈ ਲਏ, ਹੁਣ ਇਹਨੂੰ ਆਪਾਂ ਵਾਸ਼ ਕਰਦੇ ਹਾਂ। ਹਾਂਜੀ, ਹੁਣ ਆਪਾਂ ਇਹਨੂੰ ਵਾਸ਼ ਕਰ ਲੈਣੇ ਚੰਗੀ ਤਰ੍ਹਾਂ। ਆਪਾਂ ਨੋਰਮਲ ਪਾਣੀ ਲਿਆ, ਠੰਡਾ ਪਾਣੀ ਨਹੀਂ ਯੂਜ ਕੀਤਾ ਵਾਲਾ। ਆਪਾਂ ਵਾਸ਼ ਕਰ ਲਿਆ। ਹਾਂਜੀ, ਜਿਹੜਾ ਆਲੂ ਹੈ ਉਹਨੂੰ ਆਪਾਂ ਬਰੀਕ ਬਰੀਕ ਕੱਟ ਲੈਂਦੇ ਹਾਂ, ਤੇ ਸਾਬੂਦਾਣੇ ਨੂੰ ਆਪਾਂ ਵਾਸ਼ ਕਰਕੇ ਚੰਗੀ ਤਰ੍ਹਾਂ ਭਿਉਂ ਕੇ ਰੱਖਤਾ ਸੀਗੇ। ਇਹਨੂੰ 1 ਘੰਟਾ ਹੋ ਗਿਆ ਜੀ ਭਿਉਂਤੇ ਨੂੰ, ਤੁਸੀਂ 3-4 ਘੰਟੇ ਵੀ ਭਿਉਂ ਕੇ ਰੱਖ ਸਕਦੇ ਹੋ। ਆਪਣੇ ਕੋਲ ਹੁਣ ਟਾਈਮ ਤੇ ਬਣਾਉਣ ਲੱਗੇ ਆਪਾਂ, ਤਾਂ ਕਰਕੇ 1 ਘੰਟਾ ਹੀ ਭਿਉਂਤਾ ਇਹ। ਤੇ ਇੱਧਰ ਆਪਾਂ ਮੂੰਗਫਲੀ ਲਈ ਹੈ ਜੀ, ਇੱਧਰ ਸੌਗ ਹੀ ਪਾਵਾਂਗੇ। ਹਾਂਜੀ, ਹੁਣ ਆਪਾਂ ਇਹਨੂੰ ਤੜਕਾ ਲਾਉਣੇ ਸਾਬੂਦਾਣੇ ਦੀ ਖਿਚੜੀ ਨੂੰ। ਗੈਸ ਔਨ ਕਰ ਲਏ, ਆ ਕੜਛੀ ਨੂੰ ਜੀ ਲੱਕੜੀ ਨੂੰ ਹਲਦੀ ਦਾ ਰੰਗ ਚੜ ਗਿਆ, ਦੇਖ ਲਓ ਇੱਥੇ ਕਿੰਨੀ ਪਿਓਰ ਹਲਦੀ ਆ, ਐਨ ਜੈਲੋ ਹੋ ਗਈ। ਤੁਸੀਂ ਵੀ ਦੱਸਿਓ ਵੀ ਇੰਡੀਆ ਵੀ ਇੱਦਾਂ ਚੜਦਾ ਜੀ ਰੰਗ। ਹਾਂਜੀ, ਆਪਾਂ 2 ਚਮਚੇ ਦੇਸੀ ਘੇ ਦੇ ਪਾਇਆ ਜੀ ਤੜਕਾ ਲਾਉਣ ਲਈ। ਤੁਸੀਂ ਤੇਲ ਵੀ ਪਾ ਸਕਦੇ ਹੋ, ਤੇਲ ਲਾਈਕ ਕਰਦੇ ਹੋ ਤਾਂ ਘੇ ਵੀ ਪਾ ਸਕਦੇ ਹੋ। ਹਾਂਜੀ, ਆਪਣਾ ਘੇ ਗਰਮ ਹੋ ਗਏ, ਹੁਣ ਆਪਾਂ ਇਹ 'ਚ ਜੀਰਾ ਪਾ ਦਿੰਦੇ। ਇੱਕ ਚਮਚਾ ਆਪਾਂ ਜੀਰੇ ਦਾ ਲਿਆ ਜੀ ਛੋਟਾ। ਹੁਣ ਆਪਾਂ ਥੋੜ੍ਹੀ ਜਿਹੀ ਸਰੋਂ ਪਾ ਦਿੰਦੇ, ਇੱਕ ਚਮਚਾ ਛੋਟਾ ਇਹ ਵੀ ਸਰੋਂ ਦਾ ਲਿਆ। ਵਿੱਚ ਆਪਾਂ ਪਿਆਜ਼ ਪਾ ਦਿੰਦੇ, ਛੋਟਾ ਪਿਆਜ਼ ਲਿਆ ਇੱਕ, ਜ਼ਿਆਦਾ ਪਿਆਜ਼ ਨਹੀਂ ਪਾਉਣਾ ਜੀ ਆਪਾਂ ਇਹ 'ਚ। ਹਾਂਜੀ, ਆਪਣਾ ਜੇ ਤੁਸੀਂ ਵਰਤਾਂ ਲਈ ਬਣਾ ਰਹੇ ਹੋ ਫਿਰ ਤੁਸੀਂ ਪਿਆਜ਼ ਅਤੇ ਆਪਣੇ ਸਰੋਂ ਨਾ ਪਾਏ, ਮਸਟਰਡ ਸੀਡ ਆ ਜਿਹੜੇ, ਅਤੇ ਆਪਾਂ ਇਹ ਵੈਸੇ ਰੈਗੂਲਰ ਘਰ ਖਾਣ ਲਈ ਬਣਾ ਰਹੇ ਹਾਂ, ਤਾਂ ਕਰਕੇ ਆਪਾਂ ਪਿਆਜ਼ ਦਾ ਤੜਕਾ ਲਾਇਆ ਇਹਨੂੰ। ਇਹਦੇ ਵਿੱਚ ਹੁਣ ਜਿਹੜਾ ਆਪਾਂ ਆਲੂ ਉਬਾਲਿਆ ਸੀ ਇੱਕ ਛੋਟਾ, ਉਹ ਪਾ ਦਿੰਦੇ। ਨਾਲ ਹੀ ਆਪਾਂ ਜੀ ਮੂੰਗਫਲੀ ਵੈਸੇ ਭੁੰਨੀ ਹੋਈ ਹੈ ਜੀ, ਅਤੇ ਨਾਲ ਹੀ ਆਪਾਂ ਮੂੰਗਫਲੀ ਪਾ ਦਾਂਗੇ, ਥੋੜ੍ਹੇ ਜਿਹੀ ਰੋਸਟ ਕਰਦੇ ਹਾਂ। ਇਸ ਤੋਂ ਬਾਅਦ ਹੀ ਆਪਾਂ ਇਹ ਜਦੋਂ ਥੋੜ੍ਹਾ ਜਿਹਾ ਆਲੂ ਹੋ ਗਿਆ, ਆਲਰੇਡੀ ਸਾਰੀਆਂ ਦੋਨੇ ਚੀਜ਼ਾਂ ਮੂੰਗਫਲੀ ਵੀ ਭੁੰਨੀ ਹੋਈ ਸੀਗੀ ਅਤੇ ਆਪਣਾ ਆਲੂ ਵੀ ਉਬਾਲਿਆ ਹੋਇਆ ਸੀ, ਇਹਨੂੰ ਬਾਹਲਾ ਰੋਸਟ ਕਰਨ ਦੀ ਲੋੜ ਨਹੀਂ ਪੈਣੀ ਆਪਾਂ ਨੂੰ। ਅਤੇ ਹੁਣ ਆਪਾਂ ਇਹ 'ਚ ਪਾ ਦਾਂਗੇ ਨਮਕ ਮਿਰਚ,
ਆਪਾਂ ਹਲਦੀ ਵੀ ਪਾਉਣੀ ਹੈ ਜੇ ਤੁਸੀਂ ਬਰਤਨ ਲਈ ਬਣਾ ਰਹੇ ਹੋ ਫਿਰ ਇਹ ਤੁਸੀਂ ਸਿਰਫ ਜਿਹੜਾ ਬਰਤਨ ਵਾਲਾ ਨਮਕ ਹੁੰਦਾ ਹੀ ਉਹੀ ਪਾਇਓ ਤੇ ਆਪਾਂ ਰੈਗੂਲਰ ਜਿਹੜਾ ਨਮਕ ਯੂਜ਼ ਕਰਦੇ ਹਾਂ ਸਿੰਧਾ ਨਮਕ ਉਹ ਪਾਉਣੇ ਤੇ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਜਿੰਨਾ ਘੱਟ ਵੱਧ ਲਾਈਕ ਕਰਦੇ ਹੋ ਆਪਾਂ ਇੱਕ ਚਮਚਾ ਲੈ ਆਈਏ ਇਹ ਡਲੀਆਂ ਜਿਹੀਆਂ ਵਧੀਆਂ ਹੋਈਆਂ ਤੇ ਕਿੰਨੇ ਕਰਦਾ ਹੈ ਟੁੱਟ ਨਹੀਂ ਰਿਹਾ ਹੈਗਾ ਤੇ ਨਾਲ ਹੀ ਹੁਣ ਆਪਾਂ ਥੋੜ੍ਹੀ ਜਿਹੀ ਹਲਦੀ ਪਾਉਣੀ ਜੇ ਤੁਸੀਂ ਬਰਤਨ ਲਈ ਬਣਾ ਰਹੇ ਹੋ ਤੇ ਤੁਸੀਂ ਪਿਆਜ਼ ਹਲਦੀ ਵਗੈਰਾ ਕੁਛ ਨਾ ਪਾਇਓ ਤੇ ਆਪਾਂ ਰੈਗੂਲਰ ਖਾਣ ਲਈ ਬਣਾ ਤਾਂ ਕਰਕੇ ਆਪਾਂ ਇਹਦੀ ਲੁੱਕ ਜੀ ਵੀ ਵਧੀਆ ਲੱਗੇ ਤੇ ਨਾਲ ਹੀ ਆਪਾਂ ਇਹ ਲਾਲ ਮਿਰਚੀ ਫਲੇਕਸ ਵਾਲੀ ਮਿਰਚ ਆ ਜਿਹੜੀ ਲਾਲ ਉਹ ਪਾ ਰਹੇ ਹਾਂ ਇਹਦੇ ਨਾਲ ਵਧੀਆ ਲੱਗਦੀ ਹੈ ਲੁੱਕ ਜੀ ਇਹ ਵੀ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਆਪਾਂ ਥੋੜ੍ਹੀ ਪਾਉਣੀ ਹੈ ਬਾਹਲੀ ਜ਼ਿਆਦਾ ਨਹੀਂ ਪਾਉਣੀ ਬੱਚਿਆਂ ਕਰਕੇ ਇਹ ਆਪਣੇ ਨਮਕ ਤੇ ਹੀ ਮਿਰਚ ਆਪਣੇ ਸਵਾਦ ਅਨੁਸਾਰ ਆਪਾਂ ਜਿੰਨੀ ਲਾਈਕ ਕਰਦੇ ਹਾਂ ਪਾ ਸਕਦੇ ਹਾਂ ਤੇ ਹੁਣ ਆਪਾਂ ਇਹ 'ਚ ਹੀ ਸਾਬੂਦਾਣਾ ਮਿਕਸ ਕਰ ਦਾਂਗੇ ਇਹ ਭਿਉਂ ਕੇ ਜਿਹੜਾ ਰੱਖਿਆ ਹੋਇਆ ਸੀ ਆਪਾਂ ਘੰਟਾ ਕੀ ਭਿਉਂਏ ਹਾਂ ਨਹੀਂ ਤਾਂ ਕਰਕੇ ਹਲੇ 'ਚ ਪਾਣੀ ਹੈਗਾ ਆਪਾਂ ਥੋੜ੍ਹਾ ਜਿਹਾ ਉੱਦਾਂ ਹੀ ਪਾ ਦਾਂਗੇ ਪਾਣੀ ਪੂਰੀ ਡਰਾਈ ਹੋ ਜੂਗਾ ਵੈਸੇ ਤਾਂ ਇਹਨੂੰ 3-4 ਘੰਟੇ ਭਿਉਂ ਕੇ ਰੱਖਣਾ ਪੈਂਦਾ ਹੈ ਪਰ ਆਪਾਂ ਜਲਦੀ 'ਚ ਬਣਾਈ ਹੈ ਕੁਇਕ ਜੇ ਤੁਸੀਂ ਦੇਖ ਸਕਦੇ ਹੋ ਇਹਦੀ ਲੁੱਕ ਕਿੰਨੀ ਵਧੀਆ ਲੱਗ ਰਹੀ ਹੈ ਆਪਾਂ ਗੈਸ ਥੋੜ੍ਹਾ ਜਿਹਾ ਤੇਜ਼ ਕਰ ਦਿੰਦੇ ਆਪਾਂ ਥੋੜ੍ਹਾ ਜਿਹਾ ਪਾਣੀ ਵੀ ਪਾਇਆ ਜੀ ਇਹ 'ਚ ਵੈਸੇ ਤਾਂ ਜੇ ਤੁਸੀਂ ਭਿਉਂਤਾ ਹੁੰਦਾ 3-4 ਘੰਟੇ ਫਿਰ ਥੋੜ੍ਹਾ ਜਿਹਾ ਪਾਣੀ ਦੀ ਲੋੜ ਨਹੀਂ ਪੈਂਦੀ ਆਪਾਂ ਜਿਹ 'ਚ ਭਿਉਂਤਾ ਸੀ ਉਹੀ ਪਾਣੀ ਉੱਦਾਂ ਹੀ ਸਾਰਾ ਕੁਛ ਪਾ ਲਿਆ ਇੱਦਾਂ ਹੀ ਬਣ ਜਾਂਦਾ ਅਤੇ ਆਪਾਂ ਥੋੜ੍ਹਾ ਜਿਹਾ ਹੁਣ ਇਹ 'ਚ ਹੀ ਸੌਗੀ ਪਾ ਦਾਂਗੇ ਇਹਨੂੰ ਟਵਿਸਟ ਦੇਣ ਲਈ ਟੇਸਟ ਨੂੰ ਇਹ ਆਪਸ਼ਨਲ ਆ ਜੇ ਤੁਸੀਂ ਲਾਈਕ ਕਰਦੇ ਹੋ ਜਾਂ ਫਿਰ ਚੀਨੀ ਥੋੜ੍ਹੀ ਜਿਹੀ ਪਾ ਸਕਦੇ ਹੋ ਹਾਂਜੀ ਹੁਣ ਆਪਾਂ ਇਹਨੂੰ 5 ਕੁ ਮਿੰਟ ਰੱਖ ਦਿੰਦੇ ਢੱਕਣ ਦੇ ਕੇ ਅਤੇ ਫਿਰ ਇੰਨੇ 'ਚ ਵੈਸੇ ਤਾਂ ਇਹਨੂੰ ਬਾਹਲੀ ਲੋੜ ਨਹੀਂ ਪੈਂਦੀ ਹੁੰਦੀ ਜੇ ਜ਼ਿਆਦਾ ਭਿਉਂਤਾ ਹੁੰਦਾ ਅਤੇ ਪਰ ਆਪਾਂ ਹੁਣ ਭਿਉਂਤਾ ਘੱਟ ਕਰਕੇ ਥੋੜ੍ਹਾ ਜਿਹਾ ਇਹਨੂੰ ਰੁਝਾਉਂਦੇ ਅਤੇ ਖਾਣ 'ਚ ਵੀ ਬਹੁਤ ਟੇਸਟੀ ਲੱਗਦਾ ਜੀ ਜੇ ਹੁਣ ਆਪਾਂ ਢੱਕਣ ਦੇ ਕੇ ਇਹਨੂੰ ਫੁੱਲ ਗੈਸ 'ਤੇ ਰੱਖਤਾ ਜੀ 5 ਕੁ ਮਿੰਟ ਬਾਅਦ ਦੇਖਦੇ ਹਾਂ ਬਸ ਇਹ ਬਹੁਤ ਛੇਤੀ ਕੁਇਕ ਜਿਹੇ ਬਣ ਜਾਂਦਾ ਜੀ ਆਪਾਂ ਫੁੱਲ ਗੈਸ 'ਤੇ ਰੱਖਤਾ ਸੀਗਾ ਜੀ ਹੁਣ ਗੈਸ ਘੱਟ ਕੀਤਾ ਕਿਉਂਕਿ ਥੱਲੇ ਲੱਗਣ ਲੱਗੇ ਪਾਣੀ ਇੱਕਦਮ ਸੋਖ ਹੋ ਗਿਆ ਬਿਲਕੁਲ ਸਿਮ 'ਤੇ ਗੈਸ ਕੀਤਾ ਅਤੇ ਇਹਨੂੰ ਹਿਲਾਉਂਦੇ ਰਹਿਣਾ ਜੀ ਨਹੀਂ ਤਾਂ ਫਿਰ ਇਹ ਥੱਲੇ ਲੱਗ ਜੂ ਤੁਸੀਂ ਦੇਖ ਸਕਦੇ ਹੋ ਇਹਦੀ ਲੁੱਕ ਕਿੰਨੀ ਵਧੀਆ ਲੱਗ ਰਹੀ ਹੈ ਹਾਂਜੀ ਬਸ ਇਹ 2-3 ਮਿੰਟ 'ਚ ਹੀ ਆਲਮੋਸਟ ਡਨ ਹੋ ਗਈ ਆਪਾਂ ਤਾਂ ਐਂ ਸੀ ਵੀ ਜ਼ਿਆਦਾ ਟਾਈਮ ਲਊ ਪਰ ਐਨ ਵਧੀਆ ਰੈਡੀ ਹੋ ਗਈ ਹੈ ਬਣ ਕੇ ਹੁਣ ਆਪਾਂ ਧਨੀਏ ਨਾਲ ਗਾਰਨਿਸ਼ ਕਰ ਦਿੰਦੇ ਹਾਂ ਜੀ ਇਹਨੂੰ ਅਤੇ ਆਪਾਂ ਗੈਸ ਬਿਲਕੁਲ ਸਿਮ 'ਤੇ ਕੀਤਾ ਜੀ ਅਤੇ ਖਾਣ 'ਚ ਵੀ ਹੈਲਦੀ ਹੁੰਦਾ ਜੀ ਵਧੀਆ ਤੁਸੀਂ ਵੀ ਟਰਾਈ ਕਰਕੇ ਦੇਖਿਓ ਅਤੇ ਸਾਨੂੰ ਦੱਸਿਓ ਵੀ ਕਿੱਦਾਂ ਦਾ ਬਣਿਆ ਅਤੇ ਤੁਹਾਨੂੰ ਕਿੱਦਾਂ ਲੱਗਦਾ ਇਹ ਬਹੁਤ ਟੇਸਟੀ ਲੱਗਦਾ ਵੈਸੇ ਤਾਂ ਹਾਂਜੀ ਆਲਮੋਸਟ ਡਨ ਆ ਜੀ ਅਤੇ ਆਪਾਂ ਹੁਣ ਗੈਸ ਬੰਦ ਕਰ ਦਿੰਦੇ ਦੇਖੋ ਜੀ ਕਿੰਨੀ ਸੋਹਣੀ ਲੁੱਕ ਲੱਗ ਲਈ ਹੈ ਇਹਦੀ ਅਤੇ ਆਪਾਂ ਹਲਦੀ ਪਾਈ ਹੈ ਤਾਂ ਕਰਕੇ ਇਹਦਾ ਕਲਰ ਯੈਲੋ ਆ ਥੋੜ੍ਹਾ ਜਿਹਾ ਇਹਨੂੰ ਹੁਣ ਠੰਡਾ ਹੋਣ ਦਿੰਦੇ ਫਿਰ ਤੁਹਾਨੂੰ ਦਿਖਾਉਂਦੇ ਹਾਂ
हाँ जी आप भिंता घट आई आप देखिया थोड़ा जा कच्चापन लगता सी इस हूँ आप पानी पाके होर रिझाने थोड़ा टाइम वैसे तुम जो बना इन तीन चार घंटे पहला भिओ के रखियो आप एक घंटा ही भिंता ही सारा क्विक जे बनाया इस करके हूँ आप पानी होर पाया चंगी तरह सॉफ्ट हो जाए।